ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਤੇ ਦਿੱਤੇ ਗਏ ਸਪਸ਼ਟੀਕਰਨ ਤੋਂ ਸਿੱਖ ਸੰਗਤਾਂ ਦੇ ਨਾਲ ਨਾਲ ਰਾਜਨੀਤਿਕ ਖੇਤਰ 'ਚ ਵੀ ਹਲਚਲ ਜਿਹੀ ਮਚ ਗਈ ਹੈ, ਜਿਸ ਸੰਬੰਧ 'ਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ। ਅਜਿਹੀ ਹੀ ਪ੍ਰਤੀਕਿਰਿਆ ਸਾਬਕਾ ਅਕਾਲੀ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਉਦੋਂ ਦਿੱਤੀ ਜਦੋਂ ਉਹ ਗੜਸ਼ੰਕਰ ਦੇ ਪਿੰਡ ਅਕਾਲਗੜ੍ਹ ਵਿਖੇ ਸਵਰਗੀ ਮਹਿੰਦਰ ਸਿੰਘ ਗਿੱਲ ਦੀ ਯਾਦ ਵਿੱਚ ਕਰਵਾਏ ਗਏ ਮੈਡੀਕਲ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ। ਗੱਲਬਾਤ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡੀਜੀਪੀ ਦਿਨਕਰ ਗੁਪਤਾ ਨੂੰ ਅਹੁਦੇ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਸਪਸ਼ਟੀਕਰਨ ਉਹ ਸਾਡੀ ਤਸੱਲੀ ਨਹੀਂ ਕਰਾਉਂਦਾ, ਬਲਕਿ ਦਿਨਕਰ ਗੁਪਤਾ ਜੀ ਦੇ ਸਪਸ਼ਟੀਕਰਨ ਨੇ ਰੀਐਡਮਿਟ ਕੀਤਾ ਉਸ ਬਲੇਮ ਨੂੰ, ਜਿਹੜਾ ਬਲੇਮ ਉਹਨਾਂ ਨੇ ਨਾਨਕ ਨਾਮ ਲਿਆ ਲੋਕਾਂ ਤੇ ਲਾਇਆ, ਲੱਖਾਂ ਸ਼ਰਧਾਲੂਆਂ ਤੇ ਲਾਇਆ, ਔਰ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ, ਜਿਹੜੀ ਧਰਤੀ ਸਰਬੱਤ ਦੇ ਭਲੇ ਦਾ ਉਪਦੇਸ਼ ਦਿੰਦੀ ਆ, ਜਿਹੜੀ ਧਰਤੀ ਸਾਂਝੀ ਵਾਰਤਾ ਦਾ ਉਪਦੇਸ਼ ਦਿੰਦੀ ਆ, ਜਿਹੜੀ ਧਰਤੀ ਨੇ ਕਿਰਤ ਕਰੋ, ਨਾਮ ਜਪੋ, ਵੰਡ ਸਕੋ ਦਾ ਸਿਧਾਂਤ ਦੁਨੀਆਂ ਵਿੱਚ ਲਾਗੂ ਕਰਨ ਦਾ ਹੌਕਾ ਦਿੱਤਾ, ਉਸ ਧਰਤੀ ਤੇ ਜਾ ਕੇ ਕੋਈ ਅੱਤਵਾਦ ਦੇ ਅੱਡੇ ਕਹਿਣਾ ਜਾਂ ਟੈਰਰਿਜ਼ਮ ਦੀ ਟ੍ਰੇਨਿੰਗ ਸੈਂਟਰ ਤੱਕ ਦੇ ਦੋਸ਼ ਲਾ ਕੇ ਜੋ ਪੰਜਾਬ ਦੇ ਡੀਜੀਪੀ ਨੇ ਦਿਨਕਰ ਗੁਪਤਾ ਜੀ ਨੇ, ਇਹ ਬਹੁਤ ਵੱਡਾ ਮੈਂ ਸਮਝਦਾ ਘਿਨਾਉਣੀ ਕਾਰਵਾਈ ਕੀਤੀ ਸੀ ਔਰ ਬੜੇ ਜਜ਼ਬਾਤਾਂ ਨੂੰ ਪੇਚ ਪਚਾਈ ਸੀ। ਅਸੀਂ ਸਮਝਦੇ ਸੀ ਕਿ ਉਹ ਮਾਫ਼ੀ ਮੰਗਣਗੇ, ਅਸੀਂ ਸਮਝਦੇ ਸੀ ਕਿ ਉਹ ਆਪਣੀ ਗਲਤੀ ਤੇ ਪਛਤਾਵਾ ਕਰਨਗੇ, ਅਸੀਂ ਸਮਝਦੇ ਸੀ ਕਿ ਉਹ ਇਸ ਬਿਆਨ ਤੇ ਸਿੱਖ ਸਮਾਜ ਤੋਂ ਮਾਫ਼ੀ ਕਰ ਮੰਗ ਕੇ ਆਪਣੇ ਆਪ ਨੂੰ ਗੁਨਾਹਗਾਰ ਮੰਨ ਕੇ ਛੁਟਕਾਰਾ ਲੈਣਗੇ। ਪਰ ਦੁੱਖ ਇਸ ਗੱਲ ਦਾ ਕਿ ਉਹਨਾਂ ਦਾ ਜਿਹੜਾ ਸਪਸ਼ਟੀਕਰਨ ਆ, ਉਹ ਮੈਂ ਸਮਝਦਾ ਉਹ ਕਹਿੰਦੇ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ, ਉਹ ਆਪਦੇ ਸਪਸ਼ਟੀਕਰਨ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਕਰਦੇ ਦੁਬਾਰਾ ਫੇਰ ਐਡਮਿਟ ਕਰ ਗਏ ਕਿ ਇਸ ਕਿਸਮ ਦੇ ਓਕੇਜ਼ਨ ਨੂੰ ਮਤਲਬ ਵੀ ਐਂਟੀ ਨੈਸ਼ਨਲ ਐਲੀਮੈਂਟ ਜਿਹੜੇ ਨੇ ਯੂਜ਼ ਕਰਨਗੇ। ਇਟ ਮੀਨਸ ਕਿ ਜਿਸ ਓਕੇਜ਼ਨ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਆਪ ਸ਼ੁਰੂ ਕਰਾ ਕੇ ਗਏ ਹੋਣ, ਜਿਸ ਇਵੈਂਟ ਦੇ ਪਹਿਲੇ ਜਥੇ ਦੀ ਅਗਵਾਈ ਕਰਨ ਵਾਲੇ ਜਥੇਦਾਰ ਨੂੰ ਕੇਸਰੀ ਨਿਸ਼ਾਨ ਸਾਹਿਬ ਦੇ ਕੇ ਆਪ ਜਥਾ ਤੋਰ ਕੇ ਦੇਸ਼ ਦੇ ਪ੍ਰਧਾਨ ਮੰਤਰੀ ਗਏ ਹੋਣ, ਉਸ ਇਵੈਂਟ ਤੇ ਸ਼ੰਕੇ ਖੜੇ ਕਰਨਾ, ਉਸ ਇਵੈਂਟ ਦੀ ਨੁਕਤਾਚੀਨੀ ਕਰਨੀ ਇੱਕ ਸਰਕਾਰੀ ਅਫਸਰ ਵੱਲੋਂ, ਮੈਂ ਸਮਝਦਾ ਕਾਨੂੰਨ ਦੀ ਉਲੰਘਣਾ ਔਰ ਸਰਵਿਸ ਰੂਲ ਦੀ ਉਲੰਘਣਾ। ਮੁੱਖ ਮੰਤਰੀ ਪੰਜਾਬ ਤੋਂ ਅਸੀਂ ਮੰਗ ਕਰਦੇ ਹਾਂ ਕਿ ਤੁਰਤ ਡਿਸਮਿਸ ਕਰਨ ਡੀ ਜੀ ਪੀ ਸਾਹਿਬ ਨੂੰ, ਉਹਨਾਂ ਦੀ ਪੋਸਟ ਤੋਂ ਲਾਂਭੇ ਕਰਨ ਦਿਨਕਰ ਗੁਪਤਾ ਜੀ ਨੂੰ। ਜੇ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਨਾ ਕੀਤੀ ਤਾਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਅਸੀਂ ਮਿਲ ਕੇ ਪਹੁੰਚ ਕਰਕੇ ਐਕਸ਼ਨ ਦਵਾਵਾਂਗੇ ਸਖ਼ਤੀ ਨਾਲ। ਇਸ ਕਦਮ ਤੇ ਜਿਹੜਾ ਮੈਂ ਸਮਝਦਾ ਇਹਨਾਂ ਨੇ ਪੁੱਟਿਆ, ਉਹਦਾ ਰਿਐਕਸ਼ਨ ਜਿਹੜਾ ਸਿੱਖ ਸਮਾਜ ਦੇ ਵਿੱਚ ਆ, ਨਾਨਕ ਨਾਮ ਲੇਵਾ ਵਿੱਚ ਆ ਔਰ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਨ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਵਿੱਚ ਆ, ਤੇ ਮੈਂ ਸਮਝਦਾ ਕਿ ਇਹ ਦੇਸ਼ ਦਾ ਔਰ ਸੂਬੇ ਦਾ ਮਾਹੌਲ ਖਰਾਬ ਕਰਨ ਲੱਗੇ ਨੇ ਗੁਪਤਾ ਸਾਹਿਬ ਜੋ ਡੀ ਜੀ ਪੀ ਨੇ, ਇਹ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਾਬੋਤਾਜ ਕਰਨ ਲੱਗੇ ਨੇ। ਜਿਹੜਾ ਕੰਮ 70 ਸਾਲਾਂ 'ਚ 72 ਸਾਲਾਂ 'ਚ ਕਾਂਗਰਸ ਨਹੀਂ ਕਰ ਸਕੀ, ਉਹ ਮੋਦੀ ਸਾਹਿਬ ਨੇ ਆਪਣੇ ਕਾਰਜਕਾਲ 'ਚ ਕਰਕੇ ਦਿਖਾਤਾ। ਔਰ ਜਿਸ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਦੋਵੇਂ ਮੁਲਕਾਂ ਦੇ ਆਵਾਮ ਦੇ ਟੁੱਟੇ ਦਿਲ ਜਿਹੜੇ ਨੇ, ਟੁੱਟੇ ਰਿਸ਼ਤੇ ਜਿਹੜੇ ਨੇ, 70 ਸਾਲਾਂ ਦੇ ਜੋੜਨ ਦਾ ਯਤਨ ਕੀਤਾ ਔਰ ਸਖਾਵਾਂ ਮਾਹੌਲ ਬਣਿਆ, ਉਸ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਉਂਗਲਾਂ ਉਠਾ ਕੇ ਮੈਂ ਸਮਝਦਾ ਇੱਕ ਬਹੁਤ ਵੱਡਾ ਗੁਨਾਹ ਕੀਤਾ।
ਡੀਜੀਪੀ ਪੰਜਾਬ ਨੇ ਔਰ ਤੁਰੰਤ ਐਕਸ਼ਨ ਲੈਣਾ ਬਣਦਾ ਮੁੱਖ ਮੰਤਰੀ ਸਾਹਿਬ ਨੂੰ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫਾਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫਾਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।